ਔਰ ਮੈਂ ਪੁੱਛਣਾ ਚਾਹੁੰਦੀ ਹਾਂ, ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ 'ਤੇ ਇਲਜ਼ਾਮ ਨਾ ਲਾਓ। ਬਹੁਤ ਵਾਅਦੇ ਕੀਤੇ ਨੇ ਨਰਿੰਦਰ ਮੋਦੀ ਸਰਕਾਰ ਨੇ, ਉਹ ਵਾਅਦੇ ਤੋਂ ਮੁੱਕਰੀ ਹੈਗੀ, ਇਸ ਕਰਕੇ ਉਹ ਸਾਡੀਆਂ ਮੰਗਾਂ ਨੇ, ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ। ਕਿਸਾਨਾਂ ਦੀ ਕਾਤਲ ਬੀਜੇਪੀ ਦੀ ਸਰਕਾਰ ਮੁਰਦਾਬਾਦ। ਦੇਖੋ ਵੀਡੀਓ ਪੂਰੀ ਹੋਈ ਹੈ, ਮੈਂ ਮੌਕੇ 'ਤੇ ਸੀ, ਕਿਸੇ ਨੇ ਧੱਕਾ ਨਹੀਂ ਮਾਰਿਆ, ਨਾ ਉਹਦਾ ਸਿਰ ਵੱਜਿਆ ਨੀਚੇ। 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ, ਇਸ ਕਰਕੇ ਅਸੀਂ ਇਹਨਾਂ ਦਾ ਸਖ਼ਤ ਵਿਰੋਧ ਕਰਦੇ ਹਾਂ, ਜਿੱਥੇ ਵੀ ਆਉਂਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ, ਸਵਾਲ ਜਵਾਬ ਕਰਾਂਗੇ। ਮਹਾਰਾਣੀ ਪ੍ਰਨੀਤ ਕੌਰ ਮੁਰਦਾਬਾਦ। ਦੇਖੋ ਵੀਡੀਓ ਪੂਰੀ ਹੋਈ ਹੈ, ਮੈਂ ਮੌਕੇ 'ਤੇ ਸੀ, ਕਿਸੇ ਨੇ ਧੱਕਾ ਨਹੀਂ ਮਾਰਿਆ, ਨਾ ਉਹਦਾ ਸਿਰ ਵੱਜਿਆ ਨੀਚੇ। ਉਹਨੂੰ ਫੜ ਵੀ ਲਿਆ ਸੀ ਜਦ ਗਿਰ ਰਿਹਾ ਸੀ, ਉਹ ਰਾਜ਼ੀ ਨਹੀਂ ਸੀ। ਬਹੁਤ ਦੁੱਖ ਹੋਇਆ ਕਿ ਇਹੋ ਜਿਹੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ। ਚਲੋ ਮੈਂ 2 ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਂਸਲ ਕਰਤੇ ਸੀ ਉਸ ਸ਼ੋਕ ਦੇ ਵਿੱਚ। ਔਰ ਇਹ ਪਰਚਾ ਜਿਹੜਾ ਹੈ, ਇਹ ਕਿਸਾਨਾਂ ਦੇ ਕਹੇ 'ਤੇ, ਇਹਨਾਂ ਦੇ ਦਬਾਅ 'ਤੇ ਹੋਇਆ ਹੈ, ਪਰ ਮੇਰੇ ਖਿਆਲ 'ਚ ਇਹ ਗਲਤ ਕੰਮ ਨਹੀਂ ਕਰਨੇ ਚਾਹੀਦੇ। ਹਰ ਇੱਕ ਵਿਅਕਤੀ, ਤੁਸੀਂ ਵਿਰੋਧੀ ਹੋ, ਤੁਸੀਂ ਨਾਲ ਲੱਗਦੇ ਹੋ, ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ। ਲਗਾਤਾਰ ਕਹਿ ਰਹੇ ਵੀ ਪੀੜਤ ਦੇ ਘਰ ਜਾਣਾ ਸੀ, ਮਹਾਰਾਣੀ ਨੇ ਵੀ ਕਿਉਂ ਨਹੀਂ ਕਿਹਾ? ਕੌਣ ਜਿਹੜੇ ਹੈਗੇ ਧਰਮਵੀਰ ਗਾਂਧੀ, ਧਰਮਵੀਰ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਾਣਾ, ਜਿਹਨੇ ਡੈਥ ਹੋਈ ਆ ਉਹਨਾਂ ਦੇ ਘਰ ਕਿਉਂ ਨਹੀਂ ਗਿਆ? ਅਫਸੋਸ ਕਰਨ ਨਹੀਂ ਗਏ? ਦੇਖੋ ਜਦ ਜ਼ਰੂਰਤ ਹੋਏਗੀ, ਜਿੱਥੇ ਮੈਨੇ ਜਾਣਾ ਮੈਂ ਜਾਂਦੀ ਹਾਂ। ਮੈਂ ਧਰਮਵੀਰ ਗਾਂਧੀ ਨੂੰ ਪੁੱਛਣਾ ਚਾਹੁੰਦੀ ਹਾਂ, ਜਿਹੜੇ 2 ਮਰੇ ਸੀ ਸ਼ਤਰਾਣੇ ਹਲਕੇ ਦੇ ਖਨੌਰੀ ਬਾਰਡਰ 'ਤੇ, 7 ਫੱਟੜ ਹੋਏ, 3 ਫੱਟੜ ਹੋਏ ਕਨੌਰ 'ਚ, ਇਹ ਇੱਕ ਦੇ ਘਰ ਵੀ ਗਿਆ? ਮੈਂ ਸਾਰਿਆਂ ਦੇ ਘਰ ਹੋ ਕੇ ਆਈ ਹਾਂ। ਹੜਾ 'ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ, ਲੋਕ ਕਹਿ ਰਹੇ? ਬਿਲਕੁਲ ਨਹੀਂ ਆਇਆ। ਮੈਂ ਇੱਕ ਜਗ੍ਹਾ 9 ਦਿਨ ਜਦ ਹੜ੍ਹ ਸੀ, ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਉਂਦੀ ਸੀ। ਬੇਟੀ ਮੇਰੀ ਗਈ ਹੈ ਜਿੱਥੇ, ਇੱਕ ਥਾਂ ਅਸੀਂ ਗਏ ਹਾਂ। ਔਰ ਮੈਂ ਪੁੱਛਣਾ ਚਾਹੁੰਦੀ ਹਾਂ, ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ 'ਤੇ ਇਲਜ਼ਾਮ ਨਾ ਲਾਓ। ਕੈਪਟਨ ਸ਼ਮਸ਼ੇਰ ਸਿੰਘ ਦੁੱਲੋ ਨੇ ਕਾਂਗਰਸ ਦੇ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ, ਤੁਸੀਂ ਦੇਖੋ ਨਹੀਂ ਕਾਂਗਰਸ ਦਾ ਹਿੱਸਾ? ਦੇਖੋ ਹੁਣ ਮੈਂ ਨਹੀਂ ਹਾਂ ਹਿੱਸਾ, ਹੁਣ ਮੈਂ ਨਹੀਂ ਹਾਂ, ਇਹ ਕਾਂਗਰਸ ਦੇ ਕਾਰਿਆਕਰਤਾ ਦੀ ਆਪਣੀ, ਉਹਨਾਂ ਦੀ ਆਪਣੀ ਮਰਜ਼ੀ ਹੈ, ਉਹਨਾਂ ਦੇ ਆਪਣੇ ਰੂਲਸ ਨੇ, ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ, ਕਿਸ ਨੂੰ ਕਿਉਂ ਨਹੀਂ ਦਿੱਤਾ। ਕੈਪਟਨ ਅਮਰਿੰਦਰ ਕਦੋਂ ਨਜ਼ਰ ਆਣਗੇ? ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ। ਆ ਜਾਣਗੇ, ਆ ਜਾਣਗੇ। ਦੇਖੋ ਕੋਈ ਸਟੰਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ, ਮੈਂ ਨਹੀਂ ਮੰਨਦੀ। ਕੋਈ ਪਾਰਟੀ ਹੋਈ, ਕੋਈ ਸੈਂਸੀਬਲ ਬੰਦਾ ਹੋਏ, ਆਪਣੇ ਬੰਦਿਆਂ 'ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ। ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ, ਉਹ ਵਾਅਦੇ ਕਰਕੇ ਸਰਕਾਰ ਮੁੱਕ ਰਹੀ ਹੈਗੀ। ਅਤੇ ਰਾਣੀ ਪ੍ਰਨੀਤ ਕੌਰ ਪਹਿਲਾਂ ਕਾਂਗਰਸ ਦੇ ਵਿੱਚ ਰਾਜਗੱਦੀਆਂ 'ਤੇ ਵਿਰਾਜਮਾਨ ਰਹੀ ਹੈਗੀ, ਜਦੋਂ ਕਾਂਗਰਸ ਦੀਆਂ ਰਾਜਗੱਦੀਆਂ ਖੁੱਸਦੀਆਂ ਦਿਖੀਆਂ ਤਾਂ ਝੋਲਾ ਚੱਕ ਕੇ ਹੁਣ ਬੀਜੇਪੀ 'ਚ ਆ ਵੜੀ। ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ, ਇਹ ਝੂਠੇ ਲੋਕ ਨੇਗੇ, ਇਹ ਥੁੱਕ ਕੇ ਚੱਟ ਲੈਂਦੇ ਨੇਗੇ। ਇਸ ਕਰਕੇ ਇਹ ਜਿਹੜਾ ਰਾਜਵਾੜਾ ਪਰਿਵਾਰ ਹੈ, ਪਹਿਲਾਂ ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ 5 ਸਾਲ
ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜ਼ਿਆਦਾ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾ ਹੈਗਾ ਤੇ ਦੂਜੀ ਪਾਰਟੀ 'ਚ BJP ਜਾ ਰਲਦਾ ਹੈਗਾ। ਇਸ ਕਰਕੇ ਇਹਨਾਂ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਕਿਸਾਨਾਂ ਨਾਲ ਬਹੁਤ ਵਾਅਦੇ ਕੀਤੇ ਨੇ ਨਰਿੰਦਰ ਮੋਦੀ ਸਰਕਾਰ ਨੇ, ਉਹ ਵਾਅਦੇ ਤੋਂ ਮੁੱਕਰੀ ਹੈਗੀ। ਇਸ ਕਰਕੇ ਉਹ ਸਾਡੀਆਂ ਮੰਗਾਂ ਨੇ, ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ। ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਦੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚੇ। ਹਰੇਕ ਪ੍ਰੋਗਰਾਮ 'ਚ ਵਿਰੋਧ ਕਰੋਗੇ ਜਾ ਕੇ ਤੁਸੀਂ? ਬਿਲਕੁਲ, ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੌਰ ਕਾ ਜਾਂ ਕੋਈ BJP ਦਾ ਹੋਰ ਲੀਡਰ ਜਿੱਥੇ ਵੀ ਆਊਗਾ ਤਾਂ ਅਸੀਂ ਪੂਰਾ ਸਖ਼ਤ ਵਿਰੋਧ ਕਰਾਂਗੇ। ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਕਿਉਂਕਿ ਇਹ ਸਾਨੂੰ ਲੋਕਤੰਤਰ ਦੀ ਗੀਤ ਪੜ੍ਹਾਉਂਦੇ ਨੇਗੇ, ਲੋਕਤੰਤਰ ਦੀ ਭਾਸ਼ਾ ਪੜ੍ਹਾਉਂਦੇ ਨੇ ਵੀ ਲੋਕਤੰਤਰ ਹੈ, ਇਹਨਾਂ ਨੂੰ ਪਿੰਡਾਂ ਜਾਣ ਦਿਓ। ਸਾਡੇ ਵਾਲੀ ਲੋਕਤੰਤਰ ਕਿੱਧਰ ਵਗ ਜਾਂਦਾਗਾ? ਅਸੀਂ ਸਾਡੇ ਕਿਸਾਨ ਦਿੱਲੀ ਵੱਲ ਜਾ ਰਹੇ ਸੀਗੇ, ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ। ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ। ਇਸ ਕਰਕੇ ਅਸੀਂ ਇਹਨਾਂ ਦਾ ਸਖ਼ਤ ਵਿਰੋਧ ਕਰਦੇ ਹਾਂ, ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ, ਸਵਾਲ ਜਵਾਬ ਕਰਾਂਗੇ।